ਪਹਿਲੀ ਰਿੱਟ ਪਾਉਣ ਵਾਸਤੇ ਇੱਧਰ ਚਾਰ ਜਾਫੀ ਚੱਕ ਪੀਂਦੀਆਂ ਨੇ। ਕਿਉਂ ਬਾਤ ਹੈ ਜਵਾਨ ਦੀ ਪੂੜਾ ਹਾਇਓ ਪੀੜਾ ਹਾਇਓ ਪੀੜਾ ਹਾਇਓ ਪੀੜਾ ਖੇਡਾਂ ਤੇਰੀਆਂ ਪੀੜਾ ਕਿਆ ਬਾਤ ਹੈ ਪਰ ਨਹੀਂ ਸੋਹਣਿਆ ਮੈਂ ਵੀ ਪੀੜਾ ਦਾ ਬਾਲ ਆ ਹਾਇਓ ਪੀੜਾ ਖੇਡਾਂ ਤੇਰੀਆਂ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਜੀ ਅਗਲੀ ਰੇਟ ਪਾਉਣ ਵਾਸਤੇ ਮੁੰਡਾ ਜਿਹਾ ਕੰਟੀ ਪਾਉਣ ਵਾਸਤੇ ਗੁਜਰਾ ਰਹਾ ਕਿਆ ਬਾਤ ਹੈ ਗੁਜਰਾ ਉਧਰ ਚਾਰ ਜਾਫੀ ਅਗਲੀ ਰੇਟ ਪਾਉਣ ਵਾਸਤੇ ਆ ਰਹੀ ਘੋੜਾ ਕਿਉਂ ਬਾਤ ਹੈ ਘੋੜੇ ਦੀ ਪਰ ਨਹੀਂ ਸੋ ਰਹੇ ਉਹ ਘੋੜੇ ਤੇ ਨਹੀਂ ਫੜੇ ਜਾਂਦੇ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਅਗਲੀ ਰੇਟ ਪਾਉਣ ਵਾਸਤੇ ਗਿਆ ਜੀ ਮੁੰਡਾ ਪੂਰੇ ਪਿਆਰ ਨਾਲ ਕੰਡੀ ਪਾਉਣ ਵਾਸਤੇ ਬਿਲਕੁਲ ਤਿਆਰ ਉਹ ਸੁੱਤੇ ਆ ਉਧਰ ਸਾਡਾ ਕਬੱਡੀ ਕਲੱਬ ਉਹ ਹੈ ਕਿਆ ਬਾਤ ਕੀ ਨਾਂ ਜੇ ਮੁੰਡੇ ਦਾ ਪਰ ਨਹੀਂ ਜੀ ਨਹੀਂ ਪਿੰਡੀ ਟੈਮ ਨੂੰ ਮਿਲਦੇ ਨਹੀਂ ਰਲਦੇ ਪੁਆਇੰਟ ਹੋ ਗਿਆ ਸਦਾ ਕਬੱਡੀ ਕਲੱਬ ਪਤਾ ਲੱਗਦਾ ਇੱਥੇ ਟੇਲ ਦਾ ਪਤਾ ਲੱਗਦਾ ਹੁਣ ਵੇਖ ਨੀ ਲੈਣਾ ਹੈਲੋ ਭਾਈ ਕੋਚ ਨੇ ਚਾਚੂ ਨੇ ਕੋਚ ਚਲੋ ਕੋਈ ਗੱਲ ਨਹੀਂ ਜੀ ਅਗਲੀ ਕੌਂਡੀ ਪਾਉਣ ਆਸਿਆ ਜੇ ਮੁੰਡਾ ਕਿਆ ਬਾਤ ਹੈ ਪੀਰਾ ਪੁਆਇੰਟ ਹੋ ਗਿਆ ਸੱਤ ਅਗਲੀ ਕੰਡੀ ਪਾਉਣ ਵਾਸਤੇ ਗਿਆ ਮੁੰਡਾ ਕੱਚਾ ਫੜ ਲੈ ਕੱਚਾ
ਸੋਹਣਿਆ ਪੱਕਾ ਜਫਾ ਹੀ ਤੂੰ ਛੱਡਿਆ ਜਿਵੇਂ ਮੱਖਣ ਨੂੰ ਵਾਲ ਕਰੀ ਜਾ ਹੋ ਗਿਆ ਸਾਡਾ ਕਬੱਡੀ ਕਲੱਬ ਅਗਲੀ ਰੇਡ ਪਾਉਣ ਵਾਸਤੇ ਕਬੱਡੀ ਕਲੱਬ ਇਸੇ ਕੰਮ ਚ ਰਵਿਓ ਕਦੀ ਉਹ ਫੜ ਲੈ ਤੇ ਕਦੀ ਉਹ ਫੜ ਲੈ ਪੁਆਇੰਟ ਹੋ ਗਿਆ ਸਦਾਤ ਕਬੱਡੀ ਕਲੱਬ ਅਗਲੀ ਕੌਂਡੀ ਪਾਉਣਾ ਚਾਹੀਦਾ ਹੈ ਮੁੰਡਾ ਅਗਲੀ ਕੌਂਡੀ ਪਾਉਣ ਵਾਸਤੇ ਅੱਜ ਮੁੰਡਾ ਸ਼ੋਖ ਵੀ ਸਦਕੇ ਮੁੰਡਾ ਲੱਗਾ ਵਿੱਚੋਂ ਨਿਕਲ ਗਏ ਕਿਆ ਬਾਤ ਹੈ ਮੁੰਡੇ ਨੇ ਮਾਰੀ ਕੈਂਚੀ ਪਿਆਰ ਨਾਲ ਪਰ ਨਹੀਂ ਸੁਣਿਆ ਸੀ ਵੀ ਚੱਕ ਫਿਦੀਆ ਤੇ ਜਵਾਨਾ ਇਹ ਕੈਂਚੀ ਨਹੀਂ ਛੁੱਟਦੀ ਇਹ ਚੰਗੇ ਲਵਾਰ ਦੀ ਕੈਂਚੀ ਲੱਗੀ ਆ ਪੁਆਇੰਟ ਹੋ ਗਿਆ ਚੱਕ ਫਿਦੀਆ ਚਾਰ ਯਾਰਾਂ ਚਾਰ ਪੁਆਇੰਟ ਚੱਕ ਫਿਦੀਆ ਅਗਲੀ ਰੇਡ ਪਾਉਣ ਵਾਸਤੇ ਆ ਜਾਓ ਜੀਓ ਪੀਰਾ ਕਿਆ ਬਾਤ ਹੈ ਪੀਰ ਦੀ ਪੂਰਾ ਖੇਡਦਿਆ ਹੁੰਦਿਆਂ ਪੀਰਾ ਹਾਏ 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 ਆ ਪੀਰਾ ਕਿਆ ਬਾਤ ਹੈ ਪੀਰ ਦੀ ਓਏ ਹੋਏ ਪੁਆਇੰਟ ਹੋ ਗਿਆ ਸਦਾਤ ਕਬੱਡੀ ਕਲੱਬ ਤੇਰਾ ਚਾਰ ਤੁਹਾਨੂੰ ਝੜ ਬਹੁਤ ਰਹਿ ਲੱਗ ਜਾਂਦੀ ਹੈ ਵਨ ਸੈਕਿੰਡ ਮੈਚ ਫਖਰੇ ਵਾਲੀ ਸਟੇਡੀਅਮ ਕਿਆ ਬਾਤ ਹੈ ਇਹਦਾ ਲੱਗਾ ਪੂਰਾ ਪਿਆਰ ਦੇ ਨਾਲ ਪਾਣੀ ਇੱਕ ਵਾਰੀ ਅੱਗੇ ਵਾਲੀ ਵਾਰ ਹੋ ਗਿਆ ਹੋ ਗਿਆ ਜੰਗੀ ਘੋੜਾ ਪੁਆਇੰਟ ਹੋ ਗਿਆ ਦੋ ਤੇਰਾ ਅਗਲੀ ਕੁੰਡੀ ਪਾਉਣਾ ਸੀ ਗਿਆ ਜੇ ਮੁੰਡਾ ਗੁਜਰਾਂ ਦਾ ਇੱਕ ਪਾਸੇ ਸਈਦ ਇਹ ਆ ਵਿਕਟੋਰੀਆ ਇੱਕ ਵੀ ਆ ਰਿਹਾ ਸਾਹਿਬ
ਪੰਛਾਂ ਦਾ ਬੱਚੇ ਦਾ ਭਾਉ ਯਾਰ ਤੁਹਾਡੀ ਮਿਹਰਬਾਨੀ ਅਰਸਲਾਨ ਵਾਰ ਦੇ ਅਰਸਲਾਨ ਚੀਤਾ ਅੱਗੂ ਫੜਿਆ ਗਿੱਟਾ ਪਰ ਨਹੀਂ ਸੁਣਿਆ ਔਖੀਆਂ ਹੋ ਗਈਆਂ ਰਾਵਾਂ ਪੁਆਇੰਟ ਹੋ ਗਿਆ 8-13 ਅਗਲੀ ਕੌਡੀ ਪਾਉਣਾ ਸੀ ਅੱਜ ਮੁੰਡਾ ਜੀ ਅਗਲੀ ਕੌਡੀ ਪਾਉਣਾ ਸੀ ਅੱਜ ਮੁੰਡਾ ਸਾਦਾਤ ਕਬੱਡੀ ਕਲੱਬ ਦਾ ਕਾਕਾ ਹਾਏ ਹੋ ਕਾਕਾ ਕਿਆ ਬਾਤ ਲੱਗਦਾ ਤੇ ਨਹੀਂ ਕਾਕਾ ਐ ਜੇ ਜੀ ਸਰਦਾਰ ਕਬੱਡੀ ਕਲੱਬ ਦਾ ਮੁੰਡਾ ਕਾਕਾ ਕਿਆ ਓਹੋ ਹਾਏ ਹੋ ਕਾਕਾ ਹਾਏ ਹੋ ਪੀਰਾ ਹਾਏ ਏ ਹਾਏ ਹਾਏ ਹੋ ਕਾਕਾ ਕਿਆ ਬਾਤ ਸੁੱਖਾਂ ਦੀ ਤਵੀਤ ਨੇ ਮੁੰਡੇ ਦੇ ਡੋਲੇ ਤੇ ਪਰ ਪੁਆਇੰਟ ਹੋ ਗਿਆ ਕਾਕੇ ਦਾ 15-8 ਅਗਲੀ ਕੌਡੀ ਪਾਉਣਾ ਸੀ ਗਿਆ ਜੀ ਕਬੱਡੀ ਕਲੱਬ ਜੀ ਅਗਲੀ ਰੇਡ ਪਾਉਣ ਵਾਸਤੇ ਆ ਜਾਓ ਵਨ ਸਾਈਡਡ ਮੈਚ ਹਾਏ ਹਾਏ ਕਿਆ ਬਾਤ ਹੈ ਜਵਾਨ ਦੀ ਪੂਰੇ ਪਿਆਰ ਨਾਲ ਮਾਰ ਕੇ ਕਈ ਚੀਜ਼ ਬਣਿਆ ਪੁਆਇੰਟ ਹੋ ਗਿਆ 9-16 ਪੁਆਇੰਟ ਚੱਕ ਵਿਧੀਆ ਉੱਧਰ ਗਿਆ ਜੇ ਮੁੰਡਾ ਗੁਜਰਾ ਦਾ ਹਾਏ ਹਾਏ ਗੁਜਰਾ ਆਇਆ ਜੇ ਕਾਕਾ ਕਾਕਾ ਇਹ ਕਾਕਾ ਜੀ ਹਲਾ ਬਈ ਚੱਕ ਵਿਧੀਆ ਲਿਓ ਕਾਕਾ ਜੀ ਇੱਥੇ ਹੈ ਪਰ ਨਹੀਂ ਜੀ ਕਾਕਾ 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 ਹਾਏ ਹਾਏ ਕਾਕਾ ਪੁਆਇੰਟ ਹੋ ਗਿਆ ਚੱਕ ਇੱਥੋਂ ਪੁਆਇੰਟ ਹੋ ਗਿਆ ਆਇਆ ਜੇ ਮੁੰਡਾ ਸਰਦਾਰ ਕਬੱਡੀ ਕਲੱਬ ਦਾ ਆਏ ਹਾਏ ਕਿਆ ਬਾਤ ਹੈ ਜਵਾਨ ਦੀ ਪੂਰੇ ਪਿਆਰ ਨਾਲ ਪੂਰਾ ਲਹੂ ਗਰਮ ਕਰਦੇ ਆਉਂਦਿਆਂ ਪਰ ਨਹੀਂ ਸੋਹਣਿਆ ਵੱਡਾ
ਪੁਆਇੰਟ ਹੋ ਗਿਆ ਸੰਦਰਾਮ ਪੁਆਇੰਟ ਨਹੀਂ ਉਹਨਾਂ ਦਾ ਜੇ ਪੁਆਇੰਟ ਕਿਆ ਬਾਈ ਸਹੀ ਹੈ ਜੀ ਅਗਲੀ ਕੌਡੀ ਪਾਣਾ ਸਿਆ ਜੇ ਮੁੰਡਾ ਪੀਰ ਬਾਦਸ਼ਾਹ ਕਿਆ ਬਾਤ ਹੈ ਪੀੜਾ ਹਾਏ ਹੋ ਪੀੜਾ ਖੇਡਾਂ ਤੇਰੀਆਂ ਪੀੜਾ ਇੱਥੇ ਇਹ ਹੈ ਹਾਏ ਹਾਏ ਕਿਆ ਬਾਤ ਹੈ ਪੀਰ ਨੂੰ ਓਏ ਹੋਏ ਓਏ ਹੋਏ 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 ਓਏ ਹੋਏ ਹੋ ਪਰ ਨਹੀਂ ਸੁਣ ਇੱਥੇ ਰੱਖ ਹੋਏ ਕਿਆ ਬਾਤ ਹੈ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਅਗਲੀ ਕੰਡੀ ਪਾਣਾ ਸਿਆੜੇ ਕੱਕ ਕੱਕ ਆਏ ਵੇ ਕੱਕ ਇਹ ਉਹ ਕੱਕ ਏ ਜਿਹੜਾ ਅੱਗੇ ਟਾਈਮ ਲਾਇਆ ਕਰ ਕੇ ਗਿਆ ਕੱਕ ਹਾਏ ਕੱਕ ਹਾਏ 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 ਕੱਕ ਕਿਆ ਬਾਤ ਏ ਕਾਕੇ ਹਾਏ ਹਾਏ ਆਏ ਹਾਏ ਹਾਏ ਇੱਥੇ ਇੱਥੇ ਰੱਖ ਸਾਡੀ ਕੁੰਡੀ ਸੀ ਉਹ ਯਾਰ ਸਾਡੀ ਕੁੰਡੀ ਸੀ ਪੁਆਇੰਟ ਹੋ ਗਿਆ ਕਬੱਡੀ ਕਲੱਬ ਜੀ ਅਗਲੀ ਕੌਂਟੀ ਪਾਉਣਾ ਸੀ ਅੱਜ ਮੁੰਡਾ ਸਰਦਾਰ ਕਬੱਡੀ ਕਲੱਬ ਦਾ ਇੱਧਰ ਚਾਰ ਜਾਫੀ ਇੱਥੇ ਰੱਖ ਇਹ ਹੈ ਕਿਆ ਬਾਤ ਏ ਪੂਰਾ ਕੈਪਟਨ ਸਾਹਿਬ ਨੇ ਕੈਂਚੀ ਮਾਰ ਕੇ ਸੁਹਾਗੇ ਬਣੇ ਪਰ ਪੁਆਇੰਟ ਹੋ ਗਿਆ ਚੱਕ ਵੀ ਦੀ ਦਾ ਜੂਤਲੀਆਂ ਦੋਵੇਂ ਟੀਮਾਂ ਹੱਲਾ ਦੋਵਾਂ ਕਰਕੇ ਪੱਛੇ ਪੁੱਛੇ ਪਾ ਕੇ ਗਰਾਊਂਡ ਦੇ ਵਿੱਚ ਆਸਤਾ ਆਸਤਾ ਤਕਲੀਫ ਦਾ ਖਿਡਾ ਲੈ ਆਇਓ ਆਏ ਹਾਏ 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 ਖੇਡਾਂ ਤੇਰੀਆਂ ਪੀੜਾ ਸਦਕੇ ਸਦਕੇ ਪੀੜਾ ਪੂਰੇ ਪਿਆਰ ਦੇ ਨਾਲ ਪੀਰ ਬਾਦਸ਼ਾਹ ਕੌਫੀ ਖੇਡ ਵਾਸਤੇ ਇੱਥੇ ਨਹੀਂ ਜੀ ਨਹੀਂ ਬੈਠਾ ਬੋਲ ਮੋਸਟ ਵੈਲਕਮ ਜੀ ਆਇਆਂ ਨੂੰ ਲੱਖ ਬਿਸਮਿਲ੍ਲਾ ਆਈ ਦੇ ਮਮਾਨੇ ਅਸੂਫੀ ਜਨਾਬ ਤਸ਼ਰੀਫ ਲਿਆਉਂਦੇ ਨੇ ਤੇ ਜੀ ਆਇਆਂ ਨੂੰ ਲੱਖ ਬਿਸਮਿਲ੍ਲਾ ਫਖਰੇ ਵਾਲੀ ਸਟੇਡੀਅਮ ਕਾਕਾ ਅੰਦਰ ਤੈਨੂੰ ਫੁੱਲਾਂ ਦੀ ਸੇਜ ਸੁਜੈਸਾਂ ਦੇ ਡਰ ਮੇਰੇ ਤੂੰ ਆਵੇ ਤੇਰਾ ਇੱਜ ਦਾ ਇਸਤਕਬਾਲ ਹੋਵੇ ਨਾ ਤੇਰਾ ਹਾਬ ਹਿਆਲ ਹੋਵੇ ਬੋਲਾ ਹਾਰ ਫੁੱਲਾਂ ਦੇ ਪੈਸਾ ਜੇ ਡਰ ਮੇਰੇ ਤੂੰ ਆਵੇ ਜੀ ਮੋਸਟ ਵੈਲਕਮ ਜੀ ਆਇਆਂ ਨੂੰ ਲੱਖ ਬਿਸਮਿਲ੍ਲਾ
ਅੱਜ ਦੇ ਮਾਨੇ ਕੁਸ਼ਤੀ ਤਸ਼ਰੀਫ ਲੈ ਕੇ ਆਏ ਨੇ ਸਾਹਿਬ ਜੀ ਜਨਾਬ ਅੱਜ ਦੇ ਮਮਾਨੀ ਅਸੋਸੀਏਸ਼ਨ ਸਾਡੇ ਚੀਫ ਗੈਸਟ ਮਲਕ ਆਲਮ ਸਾਹਿਬ ਉਹਨਾਂ ਦੇ ਨਾਲ ਜਨਾਬ ਚੌਰੀ ਅਸਗਰ ਸਾਹਿਬ ਰਾਣਾ ਸ਼ਹਿਜ਼ਾਦ ਸਾਹਿਬ ਬੜੀ ਮਿਹਰਬਾਨੀ ਅੱਜ ਦਾ ਮੈਚ ਵੇਖਣ ਵਾਸਤੇ ਤਸ਼ਰੀਫ ਲੈ ਕੇ ਆਏ ਨੇ ਜੀ ਐਨ ਲੱਖ ਵਿੱਚ ਮਿਲੋ ਉਹ ਲੰਬਾ ਜਿਹਾ ਮੁੰਡਾ ਗੁੰਡਿਆਂ ਦਾ ਪੁਆਇੰਟ ਹੋ ਗਿਆ ਮੁਲਕ ਸਾਹਿਬ ਇੱਧਰ ਮੇਰੇ ਕੋਲ ਆਓ ਸਰਕਾਰ ਬਰਾਬਰ ਨਿਕਲ ਨਿਕਲ ਚੱਕ ਮਿਡੀਆ ਕਲੱਬ ਕੌਂਟੀ ਪਾਣਾ ਸਿਆਰ ਕਿਆ ਬਾਤ ਇੱਧਰ ਚਾਰ ਜਾਫੀ ਸਰਦਾਰ ਕਬੱਡੀ ਕਲੱਬ ਨੇ ਪੁਆਇੰਟ ਹੋ ਗਿਆ ਸਾਦਾਤ ਕਬੱਡੀ ਕਲੱਬ ਦਾ ਬਾਈ ਬਾਈ ਲਿਆ ਵਾਲੇ ਦੋਰਾ ਜ਼ੋਰਦਾਰ ਤਾੜੀ ਮਾਰੋ ਯਾਰ ਓਏ ਹੋ 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 ਇਹਨੂੰ ਆ ਕੇ ਲਿਓ ਵੱਡਾ ਮੈਚ ਪੂਰਾ ਫਟ ਫਟਾ ਦਿਆ ਹੋਇਆ ਮੈਚ ਉੱਪਰ ਕਿਆਰੇ ਕੌਂਟੀ ਪਾਣਾ ਸੋ ਕਿਉਂ ਸੋ ਕਿਆ ਬਾਤ ਹੈ ਹਾਰੇ ਪੀਣਾ ਖੇਡਾ ਤੇ ਪਾਪੀਆ ਹਾਏ ਹਾਏ ਅੱਜ ਮੈਚ ਵੇਖਣ ਵਾਸਤੇ ਓਹ ਜੀ ਚੌਧਰੀ ਅਸਗਰ ਸਾਹਿਬ ਤਸ਼ਰੀਫ ਲੈ ਕੇ ਆਏ ਨੇ ਮੋਸਟ ਵੈਲਕਮ ਜੀ ਆਏ ਨੂੰ ਲੱਖ ਪਿੱਛੇ ਪਖੜੇ ਵਾਲੀ ਸਟੇਡੀਅਮ ਨੇ
ਉਧਰ ਗਿਆ ਜੀ ਕੌਂਟੀ ਪਾਣਾ ਸੇ ਫੇਰ ਪੂਰੇ ਪਿਆਰ ਦੇ ਨਾਲ ਅਗਲੀ ਕੌਡੀ ਪਾਣਾ ਸਿਆ ਜੀ ਕਿਉਂ ਪਾਤੇ ਮੋਰ ਨੂੰ ਇੱਥੇ ਇੱਥੇ ਔਖੀਆਂ ਹੋ ਗਈਆਂ ਰਾਵਾਂ ਤੇ ਲਿਖੂ ਬਾਹਰ ਮੈਂ ਜਾਵਾਂ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਅਗਲੀ ਕੌਡੀ ਪਾਣਾ ਸੇ ਗਿਆ ਜੇ ਮੁੰਡਾ ਸਾਡਾ ਕਬੱਡੀ ਕਲੱਬ ਦਾ ਉੱਧਰ ਚਾਰ ਜਾਤੀ ਚੱਕ ਦਿੱਤੀਆਂ ਨੂੰ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਅਗਲੀ ਰੇਡ ਪਾਉਣ ਵਾਸਤੇ 24-23 ਕਿਆ ਬਾਤ ਹੈ ਪੁਆਇੰਟ ਹੋ ਗਿਆ ਜੀ 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 ਅਗਲੀ ਕੌਡੀ ਪਾਉਣ ਵਾਸਤੇ 24-24 ਕਿਆ ਬਾਤ ਹੈ ਅਗਲੀ ਕੌਡੀ ਪਾਉਣਾ ਸਿਆ ਜੋ ਮੁੰਡਾ ਇੱਥੇ ਲੱਤਾਂ ਚ ਪੈ ਗਿਆ ਪਾਣੀ ਪਾਣੀ ਪੂਰਾ ਜਾਣ ਕੇ ਭੱਜੇ ਵੀ ਹੋਰ ਆਪਣਾ ਪਵਾਏ ਜੀ ਅਗਲੀ ਕੌਡੀ ਪਾਉਣਾ ਸਿੰਘ ਸਾਡਾ ਕਬੱਡੀ ਕਲੱਬ ਦਾ ਜਵਾਨ ਤਸ਼ਰੀਫ ਲੈ ਗਿਆ ਜਨਾਬ ਮਲਕ ਆਲਮ ਸਾਹਿਬ ਉਹਨਾਂ ਦੇ ਨਾਲ ਜਨਾਬ ਚੌਰੀ ਅਸਗਰ ਸਾਹਿਬ ਮਾਜ ਦੇ ਵੱਡੇ ਮਮਾਨੇ ਸੂਸੀ ਯਾਰ ਆਪਣਾ ਬਾ ਖਿੱਚੀ ਸਾਡੇ ਚ ਜੋਰ ਵੀ ਤਕਰੀਬਨ ਪੂਰਾ ਹੀ ਨਹੀਂ ਕਿਆ ਬਾਤ ਹੈ ਪੁਆਇੰਟ ਹੋ ਗਿਆ ਸਾਡਾ ਕਬੱਡੀ ਕਲੱਬ ਕਿਆ ਬਾਤ ਹੈ ਆਈਟਮ ਮੰਨੇ ਸੂਸੀ ਮੋਸਟ ਵੈਲਕਮ ਜੀ ਆਲ ਰੱਖ ਬਿਸਮਿਲਾ ਮੈਚ ਵੇਖਣ ਵਾਸਤੇ ਤਸ਼ਰੀਫ ਲੈ ਕੇ ਜੱਲੀ ਕੋੜਾ ਕਿਆ ਬਾਤ ਹੈ ਜੱਲੀ ਕੋੜਾ ਅੱਜ ਪੂਰਾ ਸ਼ਾਨਦਾਰ ਜੱਲੀ ਕੋੜਾ ਕੱਢ ਕੇ ਮਾਰਿਆ ਜੱਗੀ ਚੂੜੇ ਨੇ ਕਿਆ ਬਾਤ ਹੈ ਅਗਲੀ ਕੌਡੀ ਪਾਉਣਾ ਪਿਆ ਜੀ ਜਨਾਬ ਜਨਾਬ ਮਲਕ ਆਲਮ ਸਾਹਿਬ ਨੂੰ 1000 ਰੁਪਈਆ ਮੇਰੇ ਵਾਸਤੇ ਬੜੀ ਮਿਹਰਬਾਨੀ ਅਗਲੀ ਕੌਡੀ ਪਾਉਣਾ ਹੋ ਗਿਆ ਡਬਲ ਟੱਚ ਪੁਆਇੰਟ ਹੋ ਗਿਆ 26-28 ਤੇ 28 ਪੁਆਇੰਟ ਸਾਡਾ ਕਬੱਡੀ ਕਲੱਬ ਜੀ ਅਗਲੀ ਕੌਡੀ ਪਾਉਣਾ ਸੇ ਗਿਆ ਜੀ ਰਾਮ ਨਾ ਬਿਲਕੁਲ ਬਿਲਕੁਲ
26-26 ਅਗਲੀ ਕੁੰਡੀ ਪਾਉਣ ਵਾਸਤੇ ਗੁਜਰ ਓਏ ਹੋਏ ਇਹ ਗੁਜਰ ਓਏ ਇਹਨੂੰ ਓਏ ਹੋਏ ਵਾਕਈ ਗੁਜਰ ਓਏ ਹੋ 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 ਕਿਆ ਬਾਤ ਹੈ ਗੁਜਰਾ ਤੇਰੀ ਸਦਕੇ ਹੋ ਗੁਜਰਾ ਟਕਰਾਇਆ ਸ਼ੀਸ਼ਾ ਅਗਲੀ ਕੌਡੀ ਪਾਉਣਾ ਫਿਰ ਮੁੰਡਾ ਗੁਜਰ ਆਇਓ ਸਦਕੇ ਉੱਥੀਆਂ ਹੋ ਗਈਆਂ ਰਾਵਾਂ ਤੇ ਲੀਗ ਬੜੀ ਦੂਰ ਹੀ ਸੋਹਣਿਆ ਹੁਣ ਤੇ 200-100 ਕਿਲੋ ਵਜ਼ਨ ਵੀ ਖਿੱਚਣਾ ਜਵਾਨ ਮੁੰਡਿਆਂ ਵਾਸਤੇ ਬੜਾ ਮੁਸ਼ਕਲ ਹੈ ਤੇ ਕਿੱਥੇ ਖਿੱਚਣਾ ਮੈਂ ਪੁਆਇੰਟ ਹੋ ਗਿਆ ਸਰਦਾਰ ਕਬੱਡ 31-23 ਕਿਉਂ ਪੁਆਇੰਟਾਂ ਦੀ ਲੀਡ ਉਹ ਗਿਆ ਰੇ ਜਮੀਨ ਘੋੜਾ ਜੱਗੀ ਘੋੜਾ ਪੁਆਇੰਟ ਹੋ ਗਿਆ ਸਿਆਕ ਪਿੱਧੀਏ ਦਾ ਕੋਈ ਜੱਗੀ ਘੋੜਾ ਸਾਹਿਬ ਇੱਕ ਫੇਰਾ ਰਹਿ ਗਿਆ ਉਹਦੇ ਹੈਰ ਥੱਲੇ ਤੁਸੀਂ ਠੇਕਾ ਲੈ ਲਿਆ ਸਾਰੀਆਂ ਗੋਡੀਆਂ ਤੁਸੀਂ ਲਿਆਉਣੀਆਂ ਨੇ ਜੀ ਅਗਲੀ ਕੌਡੀ ਮਾੜਾ ਸੇ ਗਿਆ ਜੇ ਮੁੰਡਾ ਗੁਜਰਾ ਦਾ ਪੂਰਾ ਆਏ ਸਦਕੇ ਇੱਥੇ ਰੱਖ ਹੋਏ ਆਏ ਹਾਏ ਤੇਰੇ ਸਟੈਲ ਤੂੰ ਸਦਕੇ ਤਾੜੀ ਮਾਰੋ ਯਾਰ ਥੱਲੇ ਹਜੇ ਅੱਜ ਬਰਾਬਰ ਜਾਂਦੇ ਕੌਡੀ ਮਾੜਾ ਸੇ ਗਿਆ ਪੂਰੀ ਕਰੰਟ ਪੈਦਾ ਕੀਤੀ ਹੈ ਜਵਾਨ ਚ ਕਿਆ ਬਾਤ ਹੈ ਇਹਨੂੰ ਭੋਲਾ ਹੀ ਪਵੇ ਯਾਰ ਬੜੀਆਂ ਕੌਡੀਆਂ ਲੈ ਕਿਆ ਬਾਤ ਜੀ ਕੋਲਡੀ ਚ ਸਪਾਲ ਵਾਲੇ ਅੱਲਾ ਤੋਂ ਕਰਕੇ ਗਰਾਊਂਡ ਦੇ ਵਿੱਚ ਤਸ਼ਰੀਫ ਲੈ ਆਓ ਕੱਚੇ ਪੁੱਛੇ ਪਾ ਕੇ ਬਾਕੀ ਸਭ ਕੀ ਬਾਤ ਕਰੋ ਹਾਂ ਗੇਮ ਦੀ ਉੱਪਰ ਪੂਰੇ ਪਿਆਰ ਦੇ ਨਾਲ
ਕਬੱਡੀ ਕਲੱਬ ਅਗਲੀ ਕੌਟੀ ਫਾਰਾ ਸਿਆਰ ਹੁੰਦਾ ਪੂਰੇ ਪਿਆਰ ਦੇ ਨਾਲ ਇੱਥੇ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਏ ਹਾਏ ਓ ਗੁਜਰਾ 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 ਪਰ ਗੁਜਰ ਦੀ ਫਸ ਗਈ ਜੇ ਜਾਨ ਸ਼ਿਕੰਜੀ ਅੰਦਰ ਜਿਵੇਂ ਵੇਲਣੇ ਦੇਲ ਵਿੱਚ ਗੰਨਾ ਰੋਹ ਆਖੇ ਅੱਜ ਰੋਹ ਮੁਹੰਮਦ ਇਹ ਰੋਵੇ ਤੇ ਤਦ ਮੈਂ ਮੰਨਾ ਪਰ ਗੁਜਰ ਦੀ ਜਦੋਂ ਜਾਨ ਸ਼ਿਕੰਜੇ 'ਚ ਫਸੇ ਹੋਈ ਨਾ ਤੇ ਥਾਪੜਾ ਮਾਲ ਚੜਿਆ ਕਰੋ ਐਵੇਂ ਪੁੱਠਾ ਜ਼ੋਰ ਲਾਉਂਦੇ ਹੋ ਤੁਸੀਂ 31-35 ਜੀ ਜਨਾਬ ਚੌਰੀ ਅਸਗਰ ਸਾਹਿਬ ਦੀ ਤਰਫੋਂ 1000 ਰੁਪਈਆ 1000 ਰੁਪਈਆ ਰਾਣਾ ਸਾਹਿਬ ਦੀ ਤਰਫੋਂ ਬੜੀ ਮਿਹਰਬਾਨੀ ਬੜਾ ਸ਼ੁਕਰੀਆ ਅੱਜ ਦੇ ਮਹਾਨੇ ਸੂਚੀ ਜਨਾਬ ਸਾਡੇ ਚੀਫ ਗੈਸਟ ਪੱਖੜੇ ਵਾਲੀ ਸ਼ਾਨ ਪੱਖੜੇ ਉਹ ਹੋਏ ਉਹ ਕੀ ਬਾਤ ਏ ਆਇਓ ਗੁਜਰਾ ਤੂੰ ਵੀ ਹੁਣ ਆ ਕੇ ਫਸਣ ਲੱਗਾ ਪਰ ਨਹੀਂ ਸੋਹਣਿਆ ਕੈਂਚੀ ਵੱਜੀ ਆ ਇਹ ਕੈਂਚੀ ਕਿਸੇ ਠੰਡੇ ਨੂੰ ਹਲ ਲਾਈ ਆ ਇਹ ਕੈਂਚੀ ਨਹੀਂ ਉੱਠਦੀ ਅਗਲੀ ਰੇਡ ਪੜ ਵਾਸਤੇ ਗਿਆ ਜੇ ਜੱਗੀ ਘੋੜਾ ਉਹ ਗਿਆ ਜੇ ਜੱਗੀ ਘੋੜਾ ਜੋ ਬਾਤ ਏ ਜੱਗੀ ਘੋੜੇ ਦੀ ਹਾਏ ਹਾਏ ਇਹ ਜੱਗੀ ਘੋੜਾ ਆਏ ਜੱਗੀ ਉਹ ਘੋੜਾ ਜਿਹੜਾ ਕਦੀ ਕਦੀ ਫਸ ਜਾਂਦਾ ਹੈ ਪੁਆਇੰਟ 34-36 ਪੁਆਇੰਟ ਕਿਤਾ ਜੇ ਘੋੜੇ ਦਾ ਜੀ ਆਦਨੇ ਨਵੇਂ ਖੋਰ ਲਵਾਏ ਨੇ ਸਦਕੇ 34-37 ਇਹ ਉਹ ਘੋੜਾ ਕਿ ਜਿਹੜਾ ਪਹਾੜਾਂ 'ਚ ਵੀ ਜਾ ਕੇ ਨਾ ਮੈਨੂੰ ਪਾਣੀ ਪਿਲਾਓ ਹਾਏ ਹਾਏ ਇਹ ਆਇਆ ਜੇ ਮੁੰਡਾ ਕੌਂਡੀ ਪਾਉਣ ਵਾਸਤੇ ਹਾਏ ਹਾਏ ਸਦਕੇ ਹਾਏ ਹਾਏ ਹੋਏ ਹਾਏ 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 ਪੱਲੇ ਚਾਚੂ ਦੇ ਆਨੇ ਆ ਜਾ ਲੜ ਕੇ ਦੇਖੋ ਬੁੱਢੇ ਮਾਰੇ ਕੌਂਡੀ ਖੇਡਦੇ ਨੇ ਫੇ ਮੈਂ ਹੁਣ ਵੇਖੇ ਜੇ ਪਰ ਪੁਆਇੰਟ ਹੋ ਗਿਆ 35-37 ਉਹ ਆਇਆ ਜੀ ਕੌਂਡੀ ਪਾਉਣ ਵਾਸਤੇ ਗਿਆ ਜੀ ਥੱਤੀ-35 ਆਇਆ ਜੇ ਗੁਜਰ ਆਇਓ ਗੁਜਰਾ ਤੈਨੂੰ ਰੱਬ ਦੀਆਂ ਰੱਖਾਂ ਗੁਜਰਾ ਆਇਓ ਗੁਜਰਾ ਹਾਏ ਗੁਜਰ ਗੁਜਰ ਤੇ ਜਾਫੀ ਤੱਲਾ ਸ਼ਾ ਗੁਜਰ ਤੇ ਤੱਲਾ ਸ਼ਾ ਗੁਜਰ ਤੇ ਗੁਜਰ ਤੇ ਸੈਯਦ ਆਇਓ ਸੈਦਾ ਪਰ ਨਹੀਂ ਜੀ ਸੈਦਾ ਦਾ ਕੌਂਡੀ ਖੇਡਣੀ ਉਂਝ ਤਹੀਣ ਹੈ 39-35 ਇੱਕ ਪੁਆਇੰਟ ਚਾਹੀਦਾ ਸਾਡਾ ਕਬੱਡੀ ਕਲੱਬ ਨੂੰ ਉਤਨੀ ਟੀਮ ਦੀ ਤਸਵੀਰ ਲਾਇਆ ਹੋਏ ਜੀ ਮੈਚ
ਜੀ ਜਨਾਬ ਸਾਡੀ ਆਈਜਨ ਮਾਨੀ ਐਸੋਸੀਏਸ਼ਨ ਸਾਡੇ ਚੀਫ ਗੈਸਟ ਜਨਾਬ ਮਲਕ ਆਲਮ ਸਾਹਿਬ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਆਏ ਨੂੰ ਲੱਖ ਬਿਸਮਿਲ੍ਲਾ। ਰਾਣਾ ਸਾਹਿਬ ਸਾਹਮਣੇ ਆਪ ਨੂੰ ਤਸ਼ਰੀਫ ਲੈ ਕੇ ਆਏ ਨੇ, ਮੋਸਟ ਵੈਲਕਮ ਜੀ। ਆਏ ਨੂੰ ਲੱਖ ਬਿਸਮਿਲ੍ਲਾ ਜੀ। ਜਨਾਬ ਦੂਸਰੀ ਟੀਮ ਗਰਾਊਂਡ ਦੇ ਤਸ਼ਰੀਫ ਲੈ ਆਏ, ਅੱਜ ਦਾ ਮੈਚ ਵੇਖਣ ਵਾਸਤੇ ਤਸ਼ਰੀਫ